ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨੀ ਸੀ, ਪਿਤਾ ਦਿੱਲੀ ਦੇ ਵਿੱਚ ਵਾਰਿਆ, ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਜਿੱਦਾਂ ਗੁਜਰਿਆ ਵਕਤ ਗੁਜ਼ਾਰਿਆ ਮੈਂ, ਚਾਰ ਪੁੱਤ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮਤ ਸ਼ੈਨ ਸ਼ਾਹ ਕੋ ਸਿੰਘੋ, ਕਰਜ਼ਾ ਕਿਸ਼ਤਾਂ ਵਿੱਚ ਉਤਾਰਿਆ ਮੈਂ। ਇੱਥੇ ਤਾਂ ਜਿਹੜੇ ਬੰਦੇ ਨੂੰ ਆ ਕੇ 100-50 ਬੰਦਾ ਮੱਥਾ ਟੇਕਦੇ, ਇੱਕ ਦੋ ਲੀਡਰ ਆ ਜਾਣ, ਭਾਈ ਉਹੀ ਗੁਰੂ ਬਣ ਜਾਂਦਾ, ਉਹੀ ਰੱਬ ਬਣ ਜਾਂਦਾ। ਜਿਹੜੀ ਜਗ੍ਹਾ ਤੇ ਕੋਈ ਲੀਡਰ ਨੱਕ ਰਗੜਦੇ ਆਪਾਂ ਸਾਰੇ ਵੀ ਪਤਾ ਨੀ ਕਿੰਨਾ ਕੋਈ ਕੁਛ ਇੱਥੋਂ ਮਿਲਦਾ ਹੋਊਗਾ। ਇਹ ਲੀਡਰ ਤਾਂ ਪੈਰੀ ਪੈਂਦੇ ਨੇ, ਇਹਨਾਂ ਨੇ ਤਾਂ ਵੋਟਾਂ ਚੁੱਕਣੀਆਂ ਆਉਂਦੀਆਂ ਨੇ, ਜਦੋਂ ਸਮਾਂ ਬਣਦਾ ਇਹ ਪੈਰੀ ਪੈ ਕੇ ਪੈਰੀ ਖਿੱਚ ਲੈਂਦੇ ਆ। ਤੁਸੀਂ ਵੇਖਿਆ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਦੇਹਧਾਰੀ ਕੋਈ ਜੇਲ੍ਹਾਂ 'ਚ ਨੇ, ਕੋਈ ਫਰਿੱਜਾਂ 'ਚ ਲੱਗੇ ਹੋਏ ਹੈ, ਤੇ ਕੋਈ ਚਲਾਣਾ ਕਰਕੇ ਦੁਨੀਆ ਤੋਂ। ਹੁਣ ਸਿੱਖ ਕਹਿੰਦੇ ਕੀ ਕਰੀਏ, ਹੁਣ ਸਿੱਖ ਆਪਸ ਦੇ ਵਿੱਚ ਹੀ ਸਿੰਘ ਫਸਾਈ ਬੈਠੇ ਆ। ਮਹਾਰਾਜਾ ਰਣਜੀਤ ਸਿੰਘ ਵੇਲੇ ਚੀਨ ਤੱਕ, ਤਿੱਬਤ ਤੱਕ, ਜੰਮੂ ਕਸ਼ਮੀਰ ਤੱਕ ਐਡਾ ਰਾਜ ਸਾਂਭ ਗਏ, ਤੇ ਅੱਜ ਸਾਡੇ ਤੋਂ ਦਸਤਾਰਾਂ ਨਹੀਂ ਸਾਂਭੀਆਂ ਜਾਂਦੀਆਂ, ਚੁੰਨੀਆਂ ਨਹੀਂ ਸਾਂਭੀਆਂ ਜਾਂਦੀਆਂ, ਸਾਡੇ ਤੋਂ ਕੇਸ ਨਹੀਂ ਆਪਣੇ ਸਾਂਭੇ ਜਾਂਦੇ। ਐਡਾ ਪੰਜਾਬ ਸਾਂਭ ਕੇ, ਐਡਾ ਰਾਜ ਸਾਂਭ ਕੇ, ਸਾਡੇ ਤੋਂ ਆਪਣੀ ਪੀੜ੍ਹੀ ਨਹੀਂ ਸੰਭਾਲੀ ਜਾ ਰਹੀ। ਖਿਆਲ ਕਰਕੇ ਵੇਖੀਏ, ਅੱਜ ਅਸੀਂ ਆਪਣਾ ਆਪਾ ਨਹੀਂ ਸੰਭਾਲ ਰਹੇ ਆਪਣੇ ਆਪ ਨੂੰ। ਗੁਰੂ ਸਾਹਿਬ ਅੰਦਰ ਤੋਂ ਸ਼ੁਰੂ ਕਰਦੇ ਹੈ, ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਅਸੀਂ ਬਾਹਰ ਲੱਭਦੇ ਫਿਰਦੇ, ਅਸੀਂ ਆਪਸ ਵਿੱਚ ਲੜਦੇ ਫਿਰਦੇ, ਇੱਕ ਪ੍ਰਚਾਰ ਕੁਛ ਕਹਿ ਜਾਂਦਾ, ਦੂਜਾ ਕੁਛ ਕਹਿ ਜਾਂਦਾ। ਕਹਿੰਦੇ ਸਹਿਮਤੀ ਹੋਣੀ ਚਾਹੀਦੀ, ਅਸੀਂ ਕਹਿੰਦੇ ਸਾਲ ਬਿਠਾ ਲਓ ਜਥੇਬੰਦੀਆਂ ਤਾਂ ਵੀ ਸਹਿਮਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਸਾਨੂੰ ਗੁਰੂ ਦਾ ਡਰ ਨਹੀਂ। ਇੱਕ ਜਗ੍ਹਾ ਕਹਿ ਰਹੇ ਸੀ, ਪਤਾ ਨਹੀਂ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਵੱਲੋਂ 1.25 ਘੰਟਾ ਮਹਾਰਾਜ ਦਾ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਆਰੰਭ ਨਹੀਂ ਕੀਤਾ, ਗ੍ਰੰਥੀ ਬੈਠਾ ਰਿਹਾ, ਆਰੰਭ ਨਹੀਂ ਕੀਤਾ। ਮਹਾਰਾਜ ਦਾ ਸਰੂਪ ਲੈ ਆਂਦਾ ਸੱਚਖੰਡ ਸੁਖਾਸਣ ਅਸਥਾਨ ਤੋਂ, ਪੀੜਾ ਸਾਹਿਬ ਤੇ ਵੀ ਸਜਾ ਦਿੱਤਾ, ਅਰਦਾਸ ਨਹੀਂ ਕਰ ਰਹੇ। ਕਿਉਂ? ਕਹਿੰਦੇ ਅਜੇ ਪੇਮੈਂਟ ਨਹੀਂ ਆਈ, ਪੈਸਾ ਨਹੀਂ ਆਇਆ ਅਜੇ। ਜਦੋਂ ਪੇਮੈਂਟ ਆਊ, ਪੈਸਾ ਆਊਗਾ ਨਾ, ਫਿਰ ਪਾਠ ਸ਼ੁਰੂ ਹੋਊਗਾ। ਪਾਠ ਦੇ ਨਾਲੋਂ ਪੈਸਾ ਉੱਤੇ ਹੈ। ਹੁਣ ਪੁੱਛਣ ਵਾਲਾ ਹੋਵੇ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੁੰਦੇ, ਗੁਰੂ ਨਾਨਕ ਸਾਹਿਬ ਬੈਠੇ ਹੁੰਦੇ, ਕਿ ਕਿਸੇ ਦੀ ਹਿੰਮਤ ਪੈਂਦੀ ਕਿ ਪਹਿਲਾਂ ਭੇਟਾ ਆਵੇਗੀ, ਅਸੀਂ ਫਿਰ ਮਹਾਰਾਜ ਫਿਰ ਦੀਵਾਨ ਲਾਵਾਂਗੇ, ਫਿਰ ਆਸਾ ਦੀ ਵਾਰ ਦਾ ਕੀਰਤਨ ਕਰਾਂਗੇ? ਹਿੰਮਤ ਪੈਂਦੀ ਕਿਸੇ ਦੀ? ਅਸੀਂ ਉਸ ਰੂਪ ਦੇ ਵਿੱਚ ਗੁਰੂ ਨੂੰ ਜਾਣਿਆ ਹੀ ਨਹੀਂ ਹੈ। ਅਸੀਂ ਤਾਂ ਆਉਂਦੇ ਹਾਂ ਕਿ ਕਹਿ ਦਿੰਦੇ ਹਾਂ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ,
ਸਰਬ ਕਲਾ ਸਮਰੱਥ, ਤੇ ਉਦੋਂ ਬਾਅਦ ਸਾਰਾ ਕੁਛ ਹੀ ਭੁੱਲ ਜਾਈਦਾ। ਉਦੋਂ ਬਾਅਦ ਕਹੀਦਾ ਮੈਂ ਹੀ ਸਮਰੱਥ ਹਾਂ, ਮੈਂ ਹੀ ਗਿਆਨ ਦਾ ਸਾਗਰ ਹਾਂ, ਮੈਨੂੰ ਹੀ ਸਾਰਾ ਕੁਛ ਪਤਾ। ਫਿਰ ਭੁੱਲ ਜਾਈਦਾ ਗੁਰੂ ਨੂੰ। ਆਉਂਦਿਆਂ ਆਉਂਦਿਆਂ ਕਹਿਣੀਆਂ ਨੇ ਚਾਰ ਗੱਲਾਂ, ਬਾਅਦ ਦੇ ਵਿੱਚ ਨਹੀਂ ਚੇਤਾ ਆਉਂਦਾ ਕਿ ਸਤਿਗੁਰੂ ਸਮਰੱਥ ਹੈ। ਇਹੋ ਹੀ ਹਾਲ ਸਾਡਾ ਸੰਗਤ ਦਾ, ਜੇ ਗੁਰੂ ਸਮਰੱਥ ਹੈ ਤੇ ਕਦੇ ਭਾਈ ਮਾਤਾ ਰਾਣੀਆਂ ਵੱਲ ਨਾ ਭੱਜੀਏ, ਨਾ ਗੱਡਾ ਲਵਾਂਗੇ ਮਾਤਾ ਤੇ ਰਾਣੀ। ਹੁਣ ਕਿਹੜੀ ਮਾਂ ਆਪਣੇ ਬੱਚੇ ਨੂੰ ਦੁੱਖ ਦਿੰਦੀ ਹੈ ਤੇ ਕਿਹੜੀ ਰਾਣੀ ਹੈ ਜਿਹੜੀ ਆਪਣੇ ਬੱਚੇ ਨੂੰ ਦੁੱਖ ਦਿੰਦੀ ਹੈ? ਮਾਤਾ ਤੇ ਨਾਲ ਰਾਣੀ ਵੀ ਲਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜਾ ਰਹੇ ਹੈ ਤੇ ਬੱਚੇ ਇੱਕ ਬੇਰੀ ਦਾ ਦਰਖਤ ਹੈ, ਬੇਰ ਲੱਗੇ ਮੋਟੇ ਮੋਟੇ, ਉਹ ਰੋੜੇ ਮਾਰ ਰਹੇ ਨੇ ਉੱਥੇ। ਹੁਣ ਬੱਚੇ ਛੋਟੇ ਹੁੰਦੇ ਪਤਾ ਨਾ ਲੱਗਿਆ ਕਿ ਮਹਾਰਾਜ ਰਣਜੀਤ ਸਿੰਘ ਦੀ ਸਵਾਰੀ ਜਾਂਦੀ ਹੈ, ਇੱਕ ਰੋੜਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੱਜਿਆ। ਪਹਿਰੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹ ਬੱਚੇ ਫੜ ਲਿਆਂਦੇ ਤੇ ਬੱਚੇ ਅਨਭੋਲ ਪੁਣੇ ਦੇ ਕਹਿਣ ਲੱਗੇ ਮਹਾਰਾਜਾ ਸਾਹਿਬ, ਅਸੀਂ ਤੁਹਾਨੂੰ ਨਹੀਂ ਸੀ ਰੋੜੇ ਮਾਰਦੇ, ਅਸੀਂ ਬੇਰੀ ਨੂੰ ਮਾਰਦੇ ਸੀ, ਬੇਰੀ ਤੋਂ ਮਿੱਠੇ ਬੇਰ ਝੜਦੇ ਆ ਰੋੜਾ ਮਾਰੇ। ਜਦੋਂ ਇਹ ਸੁਣਿਆ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਵੀ ਮੈਂ ਬੇਰੀ ਨਾਲੋਂ ਵੀ ਗਿਆ ਗੁਜਰਿਆ, ਉਹਨੂੰ ਰੋੜਾ ਮਾਰਿਆ ਤਾਂ ਬੇਰ ਡਿੱਗਦੇ ਨੇ ਤੇ ਮੈਂ ਇਹਨਾਂ ਬੱਚਿਆਂ ਨੂੰ ਸਜਾਵਾਂ ਦੇਵਾਂਗਾ। ਪਹਿਰੇਦਾਰਾਂ ਨੂੰ ਕਹਿਣ ਲੱਗੇ ਜਾਓ ਪਹਿਲਾਂ ਕੱਪੜਿਆਂ ਦੀ ਦੁਕਾਨ ਤੇ ਲੈ ਜਾਓ, ਸੋਹਣੇ ਕੱਪੜੇ ਦਵਾਓ ਇਹਨਾਂ ਨੂੰ। ਫਿਰ ਖਿਡੌਣਿਆਂ ਦੀ ਦੁਕਾਨ ਤੇ ਲੈ ਜਾਓ, ਸੋਹਣੇ ਖਿਡੌਣੇ ਦਵਾਓ। ਫਿਰ ਇਹਨਾਂ ਨੂੰ ਲੈ ਜਾਓ ਮਠਿਆਈਆਂ ਦੀ ਦੁਕਾਨ ਤੇ, ਜਿਹੜਾ ਕੁਛ ਖਾਣ ਨੂੰ ਕਹਿੰਦੇ ਆ, ਜਿਹੜਾ ਕੁਛ ਲੈ ਕੇ ਜਾਣ ਨੂੰ ਕਹਿੰਦੇ ਆ, ਉਹ ਸਾਰਾ ਕੁਛ ਹੀ ਦੇ ਦੇ। ਰਾਜੇ ਰਾਣੀਆਂ ਦੇ ਕੰਮ ਤਾਂ ਇਹ ਹੁੰਦੇ ਆ, ਅਸੀਂ ਤੁਰ ਪੈਂਦੇ ਹਾਂ ਉੱਥੇ ਕੱਚੀ ਲੱਸੀ ਪਾਉਣ ਵਾਸਤੇ ਕਿ ਸਾਡਾ ਬੱਚਾ ਦੁਖੀ ਨਾ ਹੋਵੇ। ਹੁੰਦੀ ਏ ਭਾਈ ਬਿਮਾਰੀ ਹੈ, ਚਿਕਨ ਪੌਕਸ ਕਹਿਣ ਲੱਗ ਕੇ ਇਲਾਜ ਆ ਗਏ, ਅਸੀਂ ਅਜੇ ਵੀ ਤਿੰਨ ਤਿੰਨ ਇੱਟਾਂ ਜਿਹੜੀਆਂ ਨੇ ਉਹ ਛੱਪੜਾਂ ਦੇ ਉੱਤੇ ਰੱਖੀਆਂ ਹੈ। ਮਾਤਾ ਰਾਣੀ ਹੈ ਤਾਂ ਘਰ ਰੱਖੋ ਉਹਨੂੰ, ਬਾਪੂ ਦੀ ਜਗ੍ਹਾ ਬਣਾਉਣੀ ਹੈ, ਖੇਤ ਦੇ ਵਿੱਚ ਵੀ ਦਸਵੀਂ ਨੂੰ ਜਾਵਾਂਗੇ ਤੇ 29 ਦਿਨ ਬਾਪੂ ਕੀ ਖਾਊਗਾ, ਕਣਕ ਤੇ ਤਾਂ ਸਪਰੇ ਕਰੇ ਉਹਨੇ, ਉਹ 29 ਦਿਨ ਬਾਪੂ ਨੇ ਕੀ ਖਾਣਾ। ਸਾਡਾ ਵਡੇਰਾ ਤੰਗ ਕਰਦਾ ਸੀ, ਇੱਧਰ ਵਡੇਰੇ ਕਹੀ ਜਾਂਦੇ ਆ, ਜਲੰਧਰ ਵੱਲ ਦੁਆਬੇ ਚ ਉਹਨਾਂ ਨੂੰ ਜਠੇਰੇ ਕਹੀ ਜਾਂਦੇ ਆ। ਉਦੋਂ ਅੱਗੇ ਲੰਘ ਜਾਈਏ ਤਾਂ ਉਹ ਡੇਰੇ ਕਹੀ ਜਾਂਦੇ ਮਾਝੇ ਵਾਲੇ। ਫਿਰ ਆ ਜਾਂਦੇ ਆ ਕਬਰਾਂ ਦੇ ਉੱਤੇ, ਲਾਲਾਂ ਵਾਲੇ ਦੇ ਚੱਲੋ ਰੋਟ ਚੜਾਓ, ਦੀਵਾ ਬਾਲੋ ਜਾ ਕੇ ਤਾਂ ਤੁਹਾਡੇ ਘਰ ਮੁੰਡਾ ਆਓ। ਬੀਬੀ 17 ਸਾਲਾਂ ਦੀ, ਉਹ ਕਹਿੰਦੀ ਮੈਂ ਤਾਂ ਇਹੋ ਹੀ ਕਰਦੀ ਆਈ ਹਾਂ ਪਹਿਲਾਂ ਤੋਂ ਹੀ। ਨੂੰਹ ਨੂੰ ਕਹਿੰਦੀ ਹੈ ਵੀ ਤੂੰ ਵੀ ਵਿਆਹੀ ਆਈ ਹੈ। ਨੂੰਹ ਗੁਰਮੁਖ ਹੁੰਦੀ ਹੈ, ਕਈ ਵਾਰੀ ਪਾਠ ਕਰਨ ਵਾਲੀ ਹੁੰਦੀ ਹੈ, ਬਾਣੀ ਪੜ੍ਹਨ ਵਾਲੀ ਹੁੰਦੀ ਹੈ। ਉਹ ਕਹਿੰਦੀ ਮੈਂ ਤਾਂ ਕਿਸੇ ਹੋਰ ਨੂੰ ਮੰਨਣਾ ਨਹੀਂ। ਕਹਿੰਦੇ ਤਾਂ ਹੀ ਤੁਹਾਡੇ ਘਰ ਨਹੀਂ ਬੱਚਾ ਹੁੰਦਾ, ਤੁਹਾਨੂੰ ਵੀ ਦੀਵਾ ਬਾਲਣਾ ਹੀ ਪੈਣਾ, ਵੀ ਦੀਵਾ ਬਾਲਣ ਨਾਲ ਬੱਚਾ ਹੋਵੇਗਾ। ਵੇਖੋ ਭਰੋਸਾ ਸਾਨੂੰ ਵੀ ਨਹੀਂ ਰਿਹਾ ਗੁਰੂ ਦੇ ਉੱਤੇ। ਮੱਕੇ ਦੇ ਹਾਜੀ ਕਹਿੰਦੇ ਆ
ਵੀ ਗੁਰੂ ਨਾਨਕ ਸਭ ਤੋਂ ਵੱਡਾ। ਭਾਈ ਗੁਰਦਾਸ ਜੀ ਕਹਿੰਦੇ ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ। ਬਗਦਾਦ ਦਾ ਦਸਤਗੀਰ ਫਕੀਰ ਕਹਿੰਦਾ ਬਾਬਾ ਨਾਨਕ ਵੱਡਾ ਹੈ, ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭ ਨਿਭਾਇਆ। ਜਿਹੜਾ ਉੱਥੇ ਸਿਲਾ ਲੇਖ ਪੱਥਰ ਲੱਗਿਆ ਹੋਇਆ ਬਗਦਾਦ ਦੇ ਵਿੱਚ, ਉਹਦੀ ਫੋਟੋ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜੋ ਲਿਖਿਆ ਕਲ ਗੁਰੂ ਨਾਨਕ ਚਮਤਕਾਰ ਉਹਦੇ ਵਿੱਚ ਛਪੀ ਹੋਈ ਹੈ। ਜੋ ਉੱਥੇ ਇੱਕ ਕਾਗਜ਼ ਦੇ ਉੱਤੇ ਲਿਖਿਆ ਹੈ ਉਹਦੀ ਫੋਟੋ ਵੀ ਤੁਰਕੀ ਅਤੇ ਫਾਰਸੀ ਭਾਸ਼ਾ ਦੇ ਵਿੱਚ ਉਹਦੀ ਵੀ ਛਪੀ ਹੋਈ ਹੈ। ਉਹ ਤਾਂ ਕਹਿੰਦੇ ਬਾਬਾ ਨਾਨਕ ਵੱਡਾ, ਗੜ ਬਗਦਾਦ ਨਿਭਾਏ ਕਹਿ, ਕਹਿੰਦੇ ਬਗਦਾਦ ਝੁਕ ਗਿਆ, ਮੱਕਾ ਮਦੀਨਾ ਸਭ ਨਿਭਾਇਆ। ਮੱਕਾ ਮਦੀਨਾ ਕਹਿੰਦੇ ਉਹ ਵੀ ਝੁਕ ਗਿਆ ਗੁਰੂ ਅੱਗੇ, ਸਿੱਧ ਝੁਕ ਗਏ। ਸਮੇਰ ਤੇ ਬੈਠੇ ਆਪਾਂ ਨੂੰ ਇੰਨੀ ਕੁ ਠੰਡ ਲੱਗਦੀ ਹੈ, ਉੱਥੇ ਬਰਫਾਂ ਹੀ ਬਰਫਾਂ ਨੇ, ਬਰਫ਼ ਦੇ ਵਿੱਚ ਬੈਠੇ ਉਹ ਝੁਕ ਗਏ। ਭਾਈ ਗੁਰਦਾਸ ਜੀ ਆਖਦੇ ਆ ਸਿੱਧ ਬੋਲਣ ਸ਼ੁਭ ਬਚਨ। ਪਹਿਲਾਂ ਤਾਂ ਕਹਿੰਦੇ ਸੀ ਬਾਲਕ, ਵੀ ਸਾਡੀ ਤਾਂ 500 ਵਰੇ ਦੀ ਉਮਰ, 100 ਵਰੇ ਦੀ ਉਮਰ, ਇਹ ਨਿੱਕੀ ਜੀ ਉਮਰ ਵਾਲਾ ਆ ਗਿਆ। ਪਹਿਲਾਂ ਤਾਂ ਬਾਲਕ ਕਹਿੰਦੇ ਸੀ, ਹੁਣ ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਸਿੱਧ ਕਹਿ ਰਹੇ ਨੇ। ਫਿਰ ਗੁਰੂ ਨਾਨਕ ਮਹਾਰਾਜ ਹਸਨ ਅਬਦਾਲ ਪਹੁੰਚੇ, ਜਿੱਥੇ ਪੰਜਾ ਸਾਹਿਬ ਗੁਰਦੁਆਰਾ। ਜਦੋਂ ਅੱਪੜੇ ਨੇ ਤੇ ਉਦੋਂ ਵਲੀ ਕੰਧਾਰੀ, ਉੱਤੋਂ ਪੱਥਰ ਸੁੱਟਦਾ, ਪੱਥਰ ਪੱਥਰ ਸੁੱਟਦਾ, ਤੇ ਜਦੋਂ ਸਤਿਗੁਰੂ ਆਪਣੀ ਕਲਾ ਵਰਤਾਉਂਦੇ ਨੇ, ਉਹੋ ਹੀ ਬਲੀ ਕੰਧਾਰੀ ਮਹਾਰਾਜ ਦੇ ਪੈਰੀ ਪੈ ਜਾਂਦਾ। ਕਹਿੰਦਾ ਮੈਨੂੰ ਤਾਂ ਲੋਕ ਬਲੀ ਐਵੇਂ ਆਖੀ ਜਾਂਦੇ ਨੇ, ਤੁਹਾਡੇ ਨਾਲ ਉਹ ਬਲੀ ਤਾਂ ਇਸ ਦੁਨੀਆਂ ਤੇ ਹੋਰ ਦੂਜਾ ਹੋਣਾ ਹੀ ਨਹੀਂ। ਕੁੱਲ ਆਲਮ ਕੁੱਲ ਦੁਨੀਆ ਮੰਨਦੀ ਗੁਰੂ ਨਾਨਕ ਵੱਡਾ ਹੈ, ਪਰ ਅਸੀਂ ਸਿੱਖ ਹੋ ਕੇ ਗੁਰੂ ਨਾਨਕ ਦੇ ਅਸੀਂ ਕਦੋਂ ਮੰਨਾਂਗੇ? ਬਈ ਅਸੀਂ ਮੜੀਆਂ ਮਸਾਣਾ ਜਾਦੂ ਟੂਣੇ। ਅਸੀਂ ਕੱਲ ਹੀ ਕੀਤੀ ਸੀ ਗੱਲ, ਅੱਜ ਹੀ ਖਬਰ ਪੜੀ ਕਿ ਇੱਕ ਬੀਬੀ ਤੇ ਨਾਲ ਉਹਦਾ ਇੱਕ ਛੋਟਾ ਜਿਹਾ ਬੱਚਾ ਟੂਣਾ ਕਰਨ ਗਏ ਨਹਿਰ ਦੇ ਉੱਤੇ, ਨਾਰੀਅਲ ਤੇ ਹੋਰ ਆ ਸੰਧੂਰ ਵਗੈਰਾ ਤਾਰਨਾ ਸੀ, ਧੁੰਦ ਕਰਕੇ ਪਤਾ ਨਹੀਂ ਲੱਗਿਆ, ਬੀਬੀ ਆਪ ਵੀ ਨਹਿਰ 'ਚ, ਬੱਚਾ ਵੀ ਨਹਿਰ 'ਚ। ਕਹਿੰਦੇ ਦੋਨਾਂ ਦੀ ਮੌਤ ਹੋ ਗਈ। ਹੁਣ ਜਿਹਨੇ ਉਹਨਾਂ ਨੂੰ ਇਹ ਦਿੱਤਾ ਸੀ ਨਾਰੀਅਲ, ਉਹਨਾਂ ਨੂੰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਨਾਲ ਆ ਵੀ ਭਾਣਾ ਵਰਤ ਜਾਣਾ। ਉਹ ਸੁੱਖਾਂ ਵਾਸਤੇ ਗਏ ਉੱਤੇ ਟੂਣਾ ਕਰਨ, ਬੱਚਾ ਵੀ ਡੁੱਬ ਗਿਆ, ਆਪ ਵੀ ਡੁੱਬ ਗਿਆ। ਸਤਿਗੁਰਾਂ ਨੇ ਇਹਨਾਂ ਵਹਿਮਾਂ ਦੇ ਵਿੱਚੋਂ ਕੱਢ ਕੇ ਸਾਨੂੰ ਇੱਕ ਦੇ ਲੜ ਲਾਇਆ। ਪਹਿਲਾਂ ਉਹ ਗੁਰੂ ਕੀ ਸਿਫਤ।